ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਜਾਰੀ ਰੱਖਿਆ ਹੋਇਆ ਪੰਚਾਇਤੀ ਚੋਣਾਂ ਨੂੰ ਲੈ ਕੇ, ਉਸੀ ਚੋਣਾਂ ਨੂੰ ਲੈ ਕੇ ਅਸੀਂ ਐਨਾਲਿਸਿਸ ਕਰ ਰਹੇ ਹਾਂ। ਔਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੀ, ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਤੇ ਗੱਲ ਕਰਾਂਗੇ ਕਾਂਗਰਸ ਦੀ। ਅਤੇ ਇਹਨਾਂ ਦੋਨਾਂ ਦੇ ਸਿਆਸੀ ਲੀਡਰਾਂ ਵੱਲੋਂ, ਸਿਆਸੀ ਆਗੂਆਂ ਵੱਲੋਂ ਆਖਿਰਕਾਰ ਕੀ ਰਣਨੀਤੀ ਬਣਾਈ ਗਈ ਹੈ, ਔਰ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਸੁਖਬੀਰ ਬਾਦਲ ਵੱਲੋਂ। ਮੇਰੇ ਨਾਲ ਫੋਨ ਲਾਈਨ 'ਤੇ ਦਰਸ਼ਕ ਵੀ ਕਾਫੀ ਦੇਰ ਤੋਂ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਛ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਸਤਿ ਸ਼੍ਰੀ ਅਕਾਲ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਦੇਖਦਾ ਕਿ ਜਿਹੜੇ ਆਪਣੇ ਪੋਲੀਟਿਕਸ ਹੈਗੀ, ਜਿਹਨੇ ਪਾਰਟੀ ਪੋਲੀਟਿਕਸ ਜੀ, ਉਹ ਉਹਦਾ ਪਿੰਡਾਂ ਦੇ ਵਿੱਚ, ਸਾਡੀ ਲਾਈਫ ਦੇ ਵਿੱਚ ਨਾਲ ਬਹੁਤ ਸਾਰਾ ਸੰਬੰਧ ਹੈਗਾ ਜੀ। ਇਟਸ ਵੈਰੀ ਡਿਫੀਕਲਟ ਟੂ ਆਈਸੋਲੇਟ ਇਟ, ਮਗਰ ਮੈਂ ਦੇਖਦਾ ਕਿ ਜਿਹੜੀ ਪੰਚਾਇਤ ਹੈਗੀ ਆ, ਜਿਹੜੇ ਪੰਚ ਹੋਣਗੇ, ਉਹਨਾਂ ਦਾ ਆਈਡੀਅਲੀ ਦੇ ਸ਼ੁੱਡ ਬੀ ਅਵੇ ਫਰੋਮ ਦੀ ਪਾਰਟੀ ਪੋਲੀਟਿਕਸ ਜੀ। ਉਹਨਾਂ ਦਾ ਜਿਹੜਾ ਇਲੈਕਸ਼ਨ ਹੈ, ਉਹਨਾਂ ਦਾ ਜਿਹੜੀ ਚੋਇਸ, ਉਹਨਾਂ ਦੀ ਇਲੈਕਸ਼ਨ ਜਿਹੜੀ ਹੋਣੀ ਚਾਹੀਦੀ ਆ, ਉਹਨਾਂ ਦੀ ਕੈਪੇਬਿਲਿਟੀ ਤੇ ਹੋਣਾ ਚਾਹੀਦਾ ਜੀ। ਥੈਂਕ ਯੂ ਵੈਰੀ ਮਚ ਜਸਪਾਲ ਜੀ, ਤੁਸੀਂ ਆਪਣੇ ਜੀ ਜੀ ਆਪਣੀ ਗੱਲ ਸਾਡੇ ਨਾਲ ਰੱਖੀ ਜੀ। ਕੁਛ ਹੋਰ ਤੁਸੀਂ ਕਹਿ ਰਹੇ ਸੀਗੇ ਜੀ? ਉਹਨਾਂ ਦੀ ਕੈਪੇਬਿਲਿਟੀ ਹੋਣੀ ਚਾਹੀਦੀ ਆ ਜੀ, ਉਹਨਾਂ ਦੀ ਕੈਪੇਬਿਲਿਟੀ ਨੂੰ ਮੋਰ ਪ੍ਰੈਫਰੈਂਸ ਦੇਣਾ ਚਾਹੀਦਾ। ਓਕੇ ਓਕੇ ਓਕੇ, ਥੈਂਕ ਯੂ ਵੈਰੀ ਮਚ ਜਸਪਾਲ ਜੀ, ਥੈਂਕ ਯੂ ਜੀ। ਇਸ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਚੀਜ਼ ਮੈਂ ਮੰਨਦਾ, ਇੱਕ ਜਿਹੜਾ ਪਿੰਡ ਦਾ ਸਭ ਤੋਂ ਪਾਪੂਲਰ ਬੰਦਾ ਹੋਏਗਾ, ਜਿਹੜਾ ਸਭ ਤੋਂ ਸਟਰੋਂਗ ਬੰਦਾ ਹੁੰਦਾ ਹੈ, ਜਿਹਦੇ 'ਚ ਲੋਕ ਜਿਹਨੂੰ ਪਸੰਦ ਕਰਦੇ ਉਹਨੂੰ ਆਪਣਾ ਸਰਪੰਚ ਚੁਣਦੇ ਆ। ਪਰ ਜਿੱਦਾਂ ਅਸੀਂ ਕਹੀਏ ਕਿ ਉਹਨਾਂ ਦੀ ਕੋਈ ਪੋਲੀਟੀਕਲ ਐਫੀਲੀਏਸ਼ਨ ਨਾ ਹੋਏ, ਇਹ ਕਹਿਣਾ ਇੰਪੋਸੀਬਲ ਹੈ, ਕਿਉਂਕਿ ਕਿਸੇ ਵੀ ਸਰਪੰਚ ਦੀ, ਪੰਚ ਦੀ ਪੋਲੀਟੀਕਲ ਐਫੀਲੀਏਸ਼ਨ ਤਾਂ ਹੋਏਗੀ, ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਏਗੀ, ਜਾਂ ਕਾਂਗਰਸ ਨਾਲ ਹੋਏਗੀ, ਜਾਂ ਆਮ ਆਦਮੀ ਪਾਰਟੀ ਨਾਲ, ਕਿਉਂਕਿ ਪੋਲੀਟੀਕਲ ਐਫੀਲੀਏਸ਼ਨ ਦੇ ਬਗੈਰ ਤਾਂ ਉਹ ਆਪਣਾ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਵੀ ਨਹੀਂ ਕਰ ਸਕਦੇ, ਔਰ ਜਿੱਤ ਵੀ ਨਹੀਂ ਸਕਦੇ, ਹਾਰ ਵੀ ਨਹੀਂ ਸਕਦੇ। ਉਹ ਪੋਲੀਟੀਕਲ ਐਫੀਲੀਏਸ਼ਨ ਇਸ ਵਾਸਤੇ ਵੀ ਚਾਹੀਦੀ ਹੁੰਦੀ ਕਿ ਕਿਹੜੀ ਪਾਰਟੀ ਹੈ, ਕਿਹਦੀ ਸਰਕਾਰ ਹੈ, ਕੱਲ੍ਹ ਨੂੰ ਇਮਦਾਦ ਤਾਂ ਸਾਰੀ ਚੰਡੀਗੜ੍ਹ ਤੋਂ ਆਉਣੀ ਹੈ ਜੀ, ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਜੀ, ਸੜਕ ਕਿੱਦਾਂ ਬਣਨੀ ਹੈ, ਮੋਟਰਾਂ ਕਿੱਦਾਂ ਲੱਗਣੀਆਂ ਹੈ, ਔਰ ਬਾਕੀ ਇਰੀਗੇਸ਼ਨ ਦਾ ਕੰਮ ਕਿੱਦਾਂ ਹੋਣਾ ਹੈ, ਦੂਜੇ ਹੋਰ ਜਿਹੜੀਆਂ ਸਕੀਮਾਂ, ਸ਼ਗਨ ਸਕੀਮ, ਫਲਾਣਾ ਸਕੀਮ ਜਿਹੜੀਆਂ ਆਉਂਦੀਆਂ ਨੇ, ਉਹ ਸਾਰੇ ਪੈਸੇ ਤਾਂ ਚੰਡੀਗੜ੍ਹ ਤੋਂ ਆਉਣੇ ਨੇ। ਆਈ ਕੈਨ ਸੇ ਇਟ ਇਜ਼ ਅ ਫਲਾਣਾ ਸਕੀਮ ਐਜ਼ ਆਫ ਨਾਓ, ਫਲਾਣਾ ਇੱਕ ਸੀਰੀਅਸ ਸਕੀਮ ਹੈ, ਜਦ ਤੱਕ ਪੋਲੀਟੀਕਲ ਔਰ ਉਹਨਾਂ ਦੇ ਵਿਚਾਰ ਤੇ ਹੋਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂਸਰ ਤੋਂ ਬੋਲ ਰਹੀ ਹਾਂ, ਮੇਰਾ ਨਾਮ ਸੁਰਜੀਤ ਆ। ਮੈਂ ਅੱਜ ਬਹੁਤ ਹੀ ਹੈਪੀ ਹਾਂ, ਤੁਸੀਂ ਪੜ੍ਹੇ ਲਿਖੇ ਕੈਂਡੀਡੇਟ, ਮੇਰੇ ਬਹੁਤ ਚਿਰ ਦਾ ਇਹ ਗੱਲ ਸੀਗੀ ਕਿ ਪੜ੍ਹਿਆ ਲਿਖਿਆ ਸਰਪੰਚ ਹੋਣੇ ਚਾਹੀਦੇ ਆ ਜੀ। ਜੀ, ਇੱਕ ਤੁਸੀਂ ਗੱਲ ਭੁੱਲਦੇ ਹੋ ਬਸ, ਉਹਦੇ ਨਾਲ ਇਹ ਵੀ ਕੰਡੀਸ਼ਨ ਹੋਣੀ ਚਾਹੀਦੀ ਆ ਜੀ ਕਿ ਉਹ ਕਿਸੇ ਨੂੰ ਹੱਥ ਨਹੀਂ ਚੱਕ ਸਕਦੇ ਤੇ ਕਿਸੇ ਨੂੰ ਕੋਈ ਵੀ ਬੈਡ ਵਰਡ ਨਾ ਬੋਲ ਸਕਣ, ਕਿਉਂਕਿ ਜੇਕਰ ਕੋਈ ਸਰਪੰਚ ਵੀ ਬਣ ਜਾਂਦਾ ਪਿੰਡ ਦਾ, ਉਹ DSP ਬਣ ਕੇ ਬਹਿ ਜਾਂਦਾ, ਲੋਕਾਂ ਦੀ ਇਨਸਲਟ ਕਰਦੇ ਆ ਤੇ ਲੋਕਾਂ ਦੇ ਉਹ ਪਿੱਛੇ, ਜੇ ਮੈਂ ਖਬਰ ਨਿਊਜ਼ ਦੇਖੀ ਸੀ ਤਾਂ ਨਰਸ ਦੇ ਕਿੱਦਾਂ ਪਿਓ ਪੁੱਤ ਆ ਕੇ ਚਪੇੜਾ ਮਾਰਦੇ ਸੀ। ਉਹਨਾਂ ਦੀ ਕੰਡੀਸ਼ਨ ਹੋਣੀ ਚਾਹੀਦੀ ਆ ਤੇ ਤੁਸੀਂ ਰਹਿਣਾ ਕਿ ਕੋਲ ਪਾਵਰ ਆ ਜਾਂਦੀ ਹੈ, ਦੈਨ ਦੇ ਮਿਸ ਯੂਜ਼ ਦੈਟ ਪਾਵਰ। ਆਈ ਹੈਵ ਸੀਨ, ਬਿਕੋਜ਼ ਐਟ ਦ ਟਾਈਮ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ, ਯੂ ਹੈਵ ਸੀਨ ਯੋਰ ਸੈਲਫ, we have seen na na jab whenever we used to go kuch elements hunde ne, let's say black sheep hunde ne har segment ch, har party ch da hunde ne misuse power। mai jidda kehna ik thane da SHO vi power nu misuse kar sakda hai, nahi misuse kar sakda te ik pure jile da SSP vi bada imandar ho sakda hai, correct। idda hi politician CM bada imandar hoye ya vadde mantri cabinet mantri imandar hon, thalle koi ja ke koi jila pradhan party da ja ke lokan nu dhamkanda phire, hun jive BJP de assi dekhde hain jila pradhan jede hunde block pradhan oh police walon nu chapeda mar de UP ਦੇ ਵਿੱਚ, ਕਰੈਕਟ। ਹੁਣ ਕੇਰਲਾ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਕਿ ਪੁਲਿਸ ਅਫਸਰ ਨੂੰ ਇੱਕ ਬੀਜੇਪੀ ਦੇ ਨੇ ਮਾਰਿਆ, ਇਹ ਤੇ ਪਾਵਰ ਕਿੰਨੂੰ ਪਚਦੀ ਹੈ ਕਿੰਨੂੰ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਇੰਗਲੈਂਡ ਤੋਂ ਜਸਵੰਤ ਬੋਲਦਾ ਜੀ। ਜਸਵੰਤ ਸਿੰਘ ਜੀ, ਕੀ ਪੁੱਛਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਨਹੀਂ, ਬਹੁਤ ਚੰਗੀ ਗੱਲ ਆ ਭਈ, ਜਿਹੜਾ ਵੀ ਬੰਦਾ ਸਰਪੰਚੀ ਵਾਸਤੇ ਜਾਂ ਪੈਂਚ ਵਾਸਤੇ ਚੋਣ ਲੜਦਾ ਜੀ, ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜੀ, ਉੱਚੇ ਚਰਿੱਤਰ ਵਾਲਾ ਹੋਣਾ ਚਾਹੀਦਾ ਜੀ, ਪੁਲਿਸ ਦਾ ਡਾਊਟ ਨਹੀਂ ਹੋਣਾ ਚਾਹੀਦਾ ਜੀ, ਜੀ ਪੁਲਿਸ ਨਾਲ ਰਲ ਕੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਣਾ ਚਾਹੀਦਾ, ਕਰੈਕਟ। ਬਾਕੀ ਜਿਹੜੀ ਇੱਕ ਕੋਲਰ ਨੇ ਗੱਲ ਕੀਤੀ ਸੀ ਜੀ, ਰਿਜ਼ਰਵੇਸ਼ਨ ਦੇ ਵਿੱਚ ਜਿਹੜੇ
ਆਉਂਦੇ ਆ ਵੀ ਉਹਨਾਂ ਦੇ ਕੋਲ ਇੰਨੀ ਐਜੂਕੇਸ਼ਨ ਨਹੀਂ ਹੁੰਦੀ ਜੀ, ਉਸ ਭਾਈਵੰਦ ਨੂੰ ਪਤਾ ਹੋਣਾ ਚਾਹੀਦਾ ਵੀ ਇੰਡੀਆ ਦੇ ਵਿੱਚ ਅੱਜ ਕੱਲ੍ਹ ਪੰਜਾਬ ਦੇ ਵਿੱਚ ਕੋਈ ਵੀ ਅਨਪੜ੍ਹ ਨਹੀਂ ਹੈਗਾ ਜੀ, ਪੜ੍ਹੇ ਲਿਖੇ ਆ ਇਹ ਆਪਣੇ ਮਨ ਦੇ ਵਿੱਚੋਂ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਗੱਲਾਂ ਮਿੰਟ ਬਾਅਦ ਰਿਜ਼ਰਵੇਸ਼ਨ ਨੂੰ ਢਾਵਾ ਲਾਉਣ ਲੱਗ ਪੈਂਦੇ ਗੱਲ ਕਰਦੇ ਆ। ਜੀ 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 ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜਸਵੰਤ ਸਿੰਘ ਜੀ। ਅੱਛਾ ਸਰ, ਇੱਕ ਮੇਰੇ ਜ਼ਿਹਨ ਦੇ ਵਿੱਚ ਸਵਾਲ ਆਉਂਦਾ, ਜਿਵੇਂ ਚਲੋ ਰਿਜ਼ਰਵੇਸ਼ਨ ਦੀ ਗੱਲ ਕੀਤੀ, ਲੇਕਿਨ ਅੱਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਫੋਰ ਐਗਜ਼ਾਮਪਲ, ਕਾਂਗਰਸ ਹੈ, ਅਤੇ ਉਹ ਕਹਿੰਦੇ ਕਿ ਯੂਥ ਨੂੰ ਅੱਗੇ ਲੈ ਕੇ ਆਓ, ਨਵੀਂ ਪਨੀਰੀ ਨੂੰ ਅੱਗੇ ਲੈ ਕੇ ਆਓ, ਜਿਵੇਂ ਤੁਸੀਂ ਆਪਾਂ ਗੱਲ ਕੀਤੀ ਸੀਗੀ ਪਰਸੋਂ, ਤੁਸੀਂ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੇ ਸੀਨੀਅਰ ਲੀਡਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ ਬੀਜੇਪੀ ਦੇ, ਉਹਨਾਂ ਨੂੰ ਸਾਈਡ ਕਰ ਦਿੱਤਾ ਜਾਂਦਾ, ਉਹਨਾਂ ਨੂੰ ਮਾਰਗ ਦਰਸ਼ਕ ਮੰਡਲ ਮਾਰਗਦਰਸ਼ਨ ਮੰਡਲ ਦੇ ਵਿੱਚ ਪਾ ਦਿੱਤਾ ਜਾਂਦਾ। ਸੋ ਵਟ ਯੂ ਥਿੰਕ ਅਬਾਊਟ ਇਨ ਦਿਸ ਪੰਚਾਇਤੀ ਚੋਣਾਂ ਦੀ, ਯੂਥ ਸ਼ੁੱਡ ਕਮ ਇਨ ਫਰੰਟ? ਨਹੀਂ, ਯੂਥ ਸ਼ੁੱਡ ਕਮ ਇਨ ਦਾ ਫਰੰਟ, ਲੇਕਿਨ ਪਿੰਡਾਂ ਵਾਲੇ ਜਿਹੜੇ ਕਿਸੇ ਨਵੇਂ ਬੱਚੇ ਨੂੰ, ਕਿਸੇ ਕਾਲਜ ਮੁੰਡੇ ਨੂੰ ਸਰਪੰਚ ਚੁਣ ਲੈਣ, ਇਹ ਵੀ ਬੜੀ ਹੈਰਾਨਗੀ ਵਾਲੀ ਗੱਲ ਹੋਏਗੀ। ਬਟ ਵੀ ਹੈਵ ਸੀਨ ਇਨ ਪੰਜਾਬ, ਵੀ ਹੈਵ ਸੀਨ ਰਾਜਸਥਾਨ ਦੇ ਵਿੱਚ ਇੱਕ ਯੰਗ ਲੜਕੀ ਸੀਗੀ, ਉਹ ਪਿੰਡ ਸਰਪੰਚ ਬਣ ਗਈ ਸੀ, ਪੜ੍ਹੀ ਲਿਖੀ ਸੀਗੀ। ਮਤਲਬ ਮੈਂ ਆਪਣੇ ਜਿੱਥੋਂ ਤੱਕ ਪੰਜਾਬ ਦੇ ਕਲਚਰ ਨੂੰ ਅਸੀਂ ਸਮਝ ਸਕਦੇ ਹਾਂ, ਪੰਜਾਬ ਦੇ ਵਿੱਚ ਕਿਸੇ ਯੰਗ ਸਰਪੰਚ ਨੂੰ ਲੈ ਕੇ ਆਉਣਾ, ਉਹ ਵੀ ਦੇਖਣਾ ਕਿਸੇ ਨਾ ਕਿਸੇ ਦੇ ਘਰ ਤੋਂ ਹੀ ਹੋਏਗਾ, ਕਿਸੇ ਪੁਰਾਣੇ ਸਰਪੰਚ ਦਾ ਮੁੰਡਾ ਹੋਏਗਾ ਜਾਂ ਕਿਸੇ ਮੰਤਰੀ ਦਾ ਰਿਸ਼ਤੇਦਾਰ ਹੋਏਗਾ। ਇਹ ਸਾਡੇ ਇੱਥੇ ਪਾਵਰ ਕਲੈਨ ਜਿਹੜੇ ਹੁੰਦਾ, ਡੈਨੇਸਟਿਕ ਪੋਲੀਟਿਕਸ, ਉਹ ਜ਼ਿਆਦਾ ਚੱਲਦੀ ਪੰਜਾਬ ਦੇ ਵਿੱਚ। ਕਿਸੇ ਪਿੰਡ ਦੇ ਕਿਸੇ ਨਵੇਂ ਮੁੰਡੇ ਨੂੰ ਤੁਸੀਂ ਚੁਣ ਕੇ ਆਪਣਾ ਸਰਪੰਚ ਬਣਾ ਲਓ, ਤਾਂ ਬੜੀ ਹੈਰਾਨਗੀ ਵਾਲੀ ਗੱਲ ਹੈ। ਅਤੇ ਇਹ ਚੀਜ਼ ਤਾਂ ਹੈਗੀ ਕਿ ਯੂਥ ਨੂੰ ਅੱਗੇ ਲਿਆਉਣਾ ਚਾਹੀਦਾ, ਲੇਕਿਨ ਇਹ ਵੀ ਬੜੀ ਇੱਕ ਅੰਡਰਸਟੈਂਡ ਹੈ ਕਿ ਜਿਹੜੀ ਪੋਲੀਟਿਕਸ ਹੈ, ਜਿਹੜੀ ਸਿਆਸਤ ਹੈ, ਇਹ ਉਮਰ ਦੇ ਨਾਲ ਹੀ ਆਉਂਦੀ ਹੈ। ਜਿਹੜੇ ਸੀਜ਼ਨ ਪੋਲੀਟੀਸ਼ੀਅਨ ਹੁੰਦੇ ਨੇ, ਉਹਨਾਂ ਦੀ ਸੋਚ ਹੋਰ ਹੁੰਦੀ ਹੈ। ਜਿਹੜਾ ਹੁਣ ਅਸੀਂ ਇਹ ਕਹੀਏ ਕਿ ਜਿਹੜਾ ਬੇਅਦਬੀ ਵਾਲਾ ਮਾਮਲਾ ਹੋਇਆ, ਇਹਦੇ 'ਚ ਵੀ ਜਿਹੜੀ ਥੋੜ੍ਹੀ ਬਹੁਤ ਗੜਬੜ ਹੋਈ ਹੈ, ਉਹ ਇਹਦੇ ਚੱਕਰ 'ਚ ਹੋਈ ਕਿ ਜਿਹੜੀ ਪਾਰਟੀ ਦੇ ਸੀਨੀਅਰ ਲੀਡਰ ਸੀ ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ, ਯੰਗ ਲੀਡਰਾਂ ਨੇ ਜਿਹੜੇ ਯੰਗ ਬੱਚੇ ਸੀ ਜਾਂ ਯੰਗ ਕਹੀਏ ਬਲੱਡ ਸੀਗਾ, ਉਹਨਾਂ ਨੇ ਟੇਕ ਓਵਰ ਕੀਤਾ ਹੋਇਆ ਸੀਗਾ। ਤੋ ਦੈਟ ਪੁਆਇੰਟ ਇਜ਼ ਕਮਿੰਗ। ਉਹ ਜਿੱਦਾਂ ਪੁਰਾਣੀ ਕਹਾਵਤ ਹੈ ਕਿ ਪਿੰਡ ਬਰਾਤ ਜਾਣੀ ਸੀ ਕਿਤੇ, ਅਤੇ ਉਹਨੇ ਕਿਹਾ ਜੀ ਸਾਰੇ ਯੰਗ ਯੰਗ ਬੰਦੇ ਜਾਣਗੇ, ਅਤੇ ਦੂਜੇ ਬੰਦੇ ਨੇ ਕਿਹਾ ਵੀ ਇੱਕ ਬਜ਼ੁਰਗ ਨੂੰ ਸੰਦੂਕ 'ਚ ਪਾ ਕੇ ਲੈ ਜਾਓ, ਕਿਤੇ ਲੋੜ ਪੈ ਜਾਂਦੀ ਹੈ। ਅਤੇ ਇੱਕ ਇਹ ਚੀਜ਼ ਹੈ ਕਿ ਬਜ਼ੁਰਗ ਦੀ ਸਲਾਹਵਾ ਜਿਹੜੀ ਹੁੰਦੀ ਹੈ ਨਾ, ਉਹ ਉਹਦਾ ਕੋਈ ਮੈਚ ਹੀ ਨਹੀਂ ਹੈ। ਅਤੇ ਜਿਹੜੇ ਸਿਆਸਤ ਨੂੰ ਲੈ ਕੇ ਜਿਹੜੇ ਖੇਲੇ ਖਾਏ ਸਿਆਸਤਦਾਨ ਹੁੰਦੇ ਨੇ, ਜਿਹੜੇ ਸੀਜ਼ਨ ਪੋਲੀਟੀਸ਼ੀਅਨ ਹੁੰਦੇ ਨੇ, ਉਹ ਕੋਈ ਐਸਾ ਨੁਸਖਾ, ਕੋਈ ਐਸੀ ਚੀਜ਼ ਦੱਸ ਦੇਣਗੇ ਜਿਹੜੇ ਨਵੇਂ, ਉਹ ਕਹਿੰਦੇ ਜਿਹੜੇ ਤੁਹਾਨੂੰ IIM ਇੰਸਟੀਟਿਊਟ ਆਫ ਮੈਨੇਜਮੈਂਟ 'ਚ ਵੀ ਨਹੀਂ ਪੜ੍ਹਾ ਸਕਦਾ, ਜਿਹੜਾ ਤੁਹਾਨੂੰ ਪਿੰਡ ਦਾ ਇੱਕ ਪੁਰਾਣਾ ਪੋਲੀਟੀਸ਼ੀਅਨ ਸਮਝਾ ਦੇਗਾ। ਸਿਆਸਤ ਇਜ਼ ਲਾਈਕ ਦਿਸ, ਬਟ ਉਹ ਇੱਕ ਨਵੇਂ ਬਲੱਡ ਨੂੰ ਆਉਣਾ ਚਾਹੀਦਾ, ਪਰ ਨਵੇਂ ਬਲੱਡ ਨੂੰ ਐਕਸੈਪਟ ਕਰਨਾ, ਨਵੇਂ ਬਲੱਡ ਨੂੰ ਲਿਆ ਕੇ ਐਸਟੈਬਲਿਸ਼ ਕਰਨਾ, ਇਟਸ ਅ ਲੌਂਗ ਪ੍ਰੋਸੈਸ। ਓਕੇ, ਸੋ ਜਾਂਦੇ ਜਾਂਦੇ ਮੈਂ ਇੱਕ ਅਖੀਰਲਾ ਸਵਾਲ ਹੋਰ ਪੁੱਛ ਲਵਾਂ, ਕਿਸ ਤਰੀਕੇ ਦਾ ਹੋਣਾ ਚਾਹੀਦਾ ਸਰਪੰਚ? ਦੇਖੋ, ਮੈਂ ਮੰਦਾ ਪਿੰਡ ਦੇ ਸਰਪੰਚ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਲੈਟਸ ਐਕਸੈਪਟ ਇਟ, ਉਹ ਨਸ਼ੇੜੀ ਨਹੀਂ ਹੋਣਾ ਚਾਹੀਦਾ, ਲੈਟਸ ਐਕਸੈਪਟ ਇਟ, ਔਰ ਉਹਨੂੰ ਪਿੰਡਾਂ ਦੇ ਬਾਰੇ 'ਚ ਸਮਝ ਹੋਣੀ ਚਾਹੀਦੀ, ਉਹ ਆਪਣੀ ਪੋਲੀਟਿਕਸ ਦੇ ਵਿੱਚ ਨਾ ਰਹੇ, ਆਪਣੀਆਂ ਗੱਡੀਆਂ ਆਪਣੇ ਬੰਗਲੇ ਬਣਾਉਣ ਦੇ ਚੱਕਰ 'ਚ ਨਾ ਰਹੇ, ਆਪਣੀ ਕੋਠੀ ਦੀ ਇੱਕ ਫਲੋਰ ਹੋਰ ਬਣਾਉਣ ਦੇ ਚੱਕਰ 'ਚ ਨਾ ਰਹੇ, ਪਿੰਡ ਦਾ ਵਿਕਾਸ ਕਰੇ, ਕਿਉਂਕਿ ਪਿੰਡਾਂ ਦਾ ਵਿਕਾਸ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ। ਸਾਡੇ ਕਿਸਾਨ, ਸਾਡੇ ਜਿਹੜੇ ਦੂਜੇ ਭਾਈਚਾਰਾ, ਉਹ ਦੇ ਆਰ ਸਫਰਿੰਗ, ਐਟਲੀਸਟ ਉਹ ਪੂਰੇ ਇੱਕ ਲੌਂਗ, ਇੱਕ ਖੁੱਲ੍ਹੀ ਸੋਚ ਵਾਲਾ ਸਰਪੰਚ ਚਾਹੀਦਾ। ਉਹ ਖੁੱਲ੍ਹੀ ਸੋਚ ਵਾਲਾ ਸਰਪੰਚ ਅਗਰ ਲੋਅਰ ਲੈਵਲ ਤੋਂ ਹੋਏਗਾ, ਤਾਂ ਪੋਲੀਟਿਕਸ ਉੱਪਰ ਤੱਕ ਰਿਫਾਈਂਡ ਹੋ ਜਾਏਗੀ। ਬਟ ਅਨਫੋਰਚੂਨੇਟ ਹੈ, ਸਾਰੇ ਤਮਾਮ ਦਾਅਵਿਆਂ ਦੇ ਬਾਵਜੂਦ ਇਹ ਪੰਚ ਚੋਣਾਂ ਹੋਣ ਜਾ ਰਹੀਆਂ, ਇਹ ਕੋਈ ਨਾ ਮੈਟ੍ਰਿਕ ਵਾਲੀ ਸ਼ਰਤ ਲਾਗੂ ਹੋਈ, ਨਾ ਕੋਈ ਹੋਰ ਹੋਈ, ਜਿਹੜੇ ਪੁਰਾਣੇ ਠਰੇ ਤੇ ਚੱਲਦਾ ਸੀ ਉਦਾਂ ਹੀ ਕੰਮ ਹੋਣਾ, ਉਦਾਂ ਹੀ ਸਰਪੰਚ ਚੁਣੇ ਜਾਣਗੇ ਬਾਅਦ 'ਚ ਜੋ ਹੋਇਆ। ਲੈਟਸ ਸੀ ਕਿ 19 ਸਪਟੰਬਰ ਨੂੰ ਜਦ ਨਤੀਜੇ 22 ਸਪਟੰਬਰ ਨੂੰ ਆਉਣਗੇ, ਔਰ ਜਦ ਵੋਟ ਭੁਗਤਾਈ ਜਾਏਗੀ, ਅਤੇ ਉਸ ਤੋਂ ਬਾਅਦ ਇਹ ਵੇਖਣਾ ਬੜਾ ਜ਼ਰੂਰੀ ਬਣ ਜਾਏਗਾ ਕਿ ਆਪਣੇ ਪਿੰਡ ਦੇ ਵਿੱਚ ਕਿਹਨੂੰ ਸਰਪੰਚ ਚੁਣ ਕੇ ਸਾਹਮਣੇ ਲੈ ਕੇ ਆਉਂਦੀ ਹੈ ਉੱਥੇ ਦੀ ਜਨਤਾ, ਅਤੇ ਨਾਲ ਕਿਹੜੀ ਪਾਰਟੀ ਦੀ ਹਿਮਾਇਤ ਕਰਦੀ ਹੈ ਪੰਜਾਬ ਦੇ ਵਸਨੀਕ, ਪੰਜਾਬ ਦੇ ਵਿੱਚ ਵਸਦੇ ਵਸਨੀਕ। ਹੁਣ ਇਹ ਦੇਖਣਾ ਬਹੁਤ ਜ਼ਰੂਰੀ ਹੋ ਜਾਏਗਾ, 10 ਤਰੀਕ ਨੂੰ ਸਕਰੂਟਨੀ ਹੋਣੀ, ਔਰ 11 ਤਰੀਕ ਨੂੰ ਆਪਣਾ ਜਿਹੜਾ ਨਾਮ ਹੈ ਵਾਪਸ ਲਿਆ ਜਾ ਸਕਦਾ। ਅੱਜ ਦੇ ਮੁੱਦੇ ਦੇ ਵਿੱਚ ਜੇਕਰ ਤੁਸੀਂ ਹੋਰ ਚਾਹੁੰਦੇ ਹੋ ਕਿ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਏ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ, ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਸਮਾਂ ਸਾਡੇ ਕੋਲ ਹੈ ਨਹੀਂ, ਔਰ ਨਹੀਂ ਤਾਂ ਆਪਾਂ ਜ਼ਰੂਰ ਵਿਚਾਰ ਕਰਨਾ ਚਾਹੁੰਦੇ ਸੀਗੇ। ਇਸੇ ਨਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀ ਅਤੇ ਮੇਰੇ ਨਾਲ ਨਵੀਨ ਸ਼ਰਮਾ ਜੀ, ਉਹਨਾਂ ਨੂੰ ਦੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।